अस्सलामुअलैकुम जी, वेलकम हो गया पिजन कॉर्नर चैनल च। दोस्तों खुश आमदीद हो गया जी, पिजन कॉर्नर च वेलकम, खुश आमदीदा। ਤੁਹਾਡੇ ਨਾਲ ਅੱਜ ਗੱਪਾਂ ਵੀ ਲਾਉਣੀਆਂ ਅਤੇ ਤੁਹਾਨੂੰ ਅੱਜ ਸਰ ਦੱਸਣਾ ਵੀ ਆ ਕਬੂਤਰਬਾਜ਼ੀ ਦੇ ਰਿਲੇਟਡ। ਅਤੇ ਅਸਲਾਤ ਵਸਲਾਮ ਅਲੈਕਾ ਯਾ ਸੀਯਦੀ ਯਾ ਰਸੂਲ ਅੱਲਾ ਵਾਲਾ ਅਲੀਕਾ ਸਾਹਿਬਕਾ ਯਾ ਸੀਯਦੀ ਯਾ ਹਬੀਬ ਅੱਲਾ। ਵੈਲਕਮ ਹੋ ਗਿਆ ਜੀ ਪਿਜਨ ਕਾਰਨ ਚੈਨਲ 'ਚ ਦੋਸਤੋ, ਖੁਸ਼ ਆਮਦੀਦ ਹੋ ਗਿਆ। ਇਹ ਸਭ ਕਬੂਤਰ ਫੜੇ ਆ ਜੀ, ਮੈਂ ਤੁਹਾਨੂੰ ਸ਼ੌਕ ਵੀ ਕਰਾਉਂਦਾ ਤੁਹਾਡੇ ਨਾਲ ਗੁੱਸ ਵੀ ਕਰਦੇ ਹਾਂ। ਅਤੇ ਦੋਸਤੋ ਕੁਛ ਦਿਨਾਂ ਤੋਂ ਮੈਂ ਤੁਹਾਡੇ ਨਾਲ ਰਿਹਾ ਵਾਂ ਡਿਸਕੋਨੈਕਟ, ਠੀਕ ਆ ਭਾਅ ਜੀ। ਕੁਛ ਦਿਨਾਂ ਤੋਂ ਮੈਂ ਤੁਹਾਡੇ ਨਾਲ ਰਿਹਾ ਵਾਂ ਡਿਸਕੋਨੈਕਟ, ਮੈਂ ਵੀਡੀਓਜ਼ ਨਹੀਂ ਅਪਲੋਡ ਕੀਤੀਆਂ। ਮੈਂ ਕਿਤੇ ਗਿਆ ਸੀਗਾ ਸ਼ਾਦੀ 'ਤੇ ਅਤੇ ਮਸਰੂਫ ਸੀਗਾ ਥੋੜ੍ਹਾ ਜਿਹਾ, ਇਸ ਲਈ ਦੋਸਤਾਂ ਦਾ ਡਿਸਕਨੈਕਟ ਰਿਹਾ। ਅਤੇ ਦੋਸਤਾਂ ਦੇ ਬਹੁਤ ਸਾਰੇ ਮੈਸੇਜ ਆਏ, ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਦੋਸਤਾਂ ਦਾ। ਉਸ ਤੋਂ ਬਾਅਦ ਸਰ ਹੁਣ ਆਪਾਂ ਵਾਪਸ ਆ ਗਏ ਹਾਂ, ਹੁਣ ਪ੍ਰੋਪਰ ਕਬੂਤਰਬਾਜ਼ ਵੀ ਸ਼ੁਰੂ ਕਰਾਂਗੇ, ਜੇਠ 2024 ਦੀ ਤਿਆਰੀ ਵੀ ਕਰਾਂਗੇ, ਚੇਤਰ ਵਿਸਾਖ ਬੱਚਿਆਂ ਦੀ ਵੀ। ਔਰ ਸਰ ਦੇਖੋ ਮੈਂ ਸ਼ੌਕ ਵੀ ਕਰਦਾ ਵਾਂ, ਸ਼ੌਕ ਦੇ ਨਾਲ ਨਾਲ ਮੈਂ ਆਪਣੇ ਦੋਸਤਾਂ ਦੀ ਵੀ ਪਰਿੰਦੇ ਰੇਂਜ ਕਰਦਾ ਵਾਂ, ਉਹਨਾਂ ਨੂੰ ਮੈਂ ਦਿੰਦਾ ਵੀ ਹਾਂ। ਔਰ ਮੈਂ ਲੋਕਾਂ ਨੂੰ ਗੰਦ ਬਲਾ ਖਲਾਰਾ ਨਹੀਂ ਇਕੱਠਾ ਕਰਦਾ, ਜਿਹੜੇ ਫੜਦੇ ਕਬੂਤਰ ਉਹਨਾਂ ਦੇ ਵਿੱਚੋਂ ਵੀ ਮੈਂ ਚੁਣ ਕੇ ਕਬੂਤਰ ਲਿਆਉਂਦਾ ਹੁੰਦਾ ਦੋਸਤਾਂ ਲਈ, ਅਤੇ ਮੈਂ ਉਹਨਾਂ ਨੂੰ ਦਿੰਦਾ ਹੁੰਦਾ ਸਰ। ਇਹ ਨਹੀਂ ਆਹ ਜਾਲ ਭਰਿਆ ਜੀ ਕਿੱਦਾਂ ਜੀ, 150 ਰੁਪਈਏ ਨਾਲ ਸਾਰੇ, ਚਲੋ ਜੀ ਚੱਕੋ ਲਿਆ ਕੇ ਵੀਡੀਓ ਲਾਈ ਜੀ, 70 ਕਬੂਤਰ 120 ਰੁਪਈਏ ਲਿਆਉਂਦੇ ਆ ਜੀ, 250 ਰੁਪਈਏ ਪਰ। ਇਹ ਕੰਮ ਮੈਂ ਨਹੀਂ ਕਰਦਾ, ਮੈਂ ਕਹਿੰਦਾ ਯਾਰ ਅਗਲਾ ਬੰਦਾ ਦਾਣਾ ਵੀ ਪਾਵੇ ਨਾ ਕਬੂਤਰਾਂ ਨੂੰ ਭਾਅ ਜੀ, ਅਤੇ ਕੋਸ਼ਿਸ਼ ਕਰੇ ਕਿ ਉਹ ਬਿਹਤਰ ਕਬੂਤਰਾਂ ਨੂੰ ਦਾਣੇ। ਚਲੋ ਮੈਂ 150 ਨਾਲ ਚੁੱਕ ਵੀ ਲਿਆਉਂਦੇ, 200-150 ਨਾਲ ਵੈਸੇ ਦਿੰਦਾ ਕੋਈ ਨਹੀਂ, ਮੈਂ 200 ਰੁਪਈਏ ਨਾਲ ਚੁੱਕ ਵੀ ਲਿਆਉਂਦੇ, 300 ਵੀ ਚੁੱਕ ਲਿਆਉਂਦੇ, ਲੇਕਿਨ ਉਹਨਾਂ ਦੇ ਵਿੱਚੋਂ ਮੈਂ ਜਿਹੜੇ ਤੁਹਾਨੂੰ ਭੇਜਣੇ ਹੁੰਦੇ ਕਬੂਤਰ ਮੈਂ ਚੁਣ ਕੇ ਵਿੱਚੋਂ 20-25-30 ਕਬੂਤਰ ਕੱਢਦਾ ਹੁੰਦਾ, ਤਾਂ ਜਿਹੜੇ ਟੋਪ ਕੁਆਲਿਟੀ ਦੇ ਹੋਣ। ਇਸ ਮਾਮਲੇ ਵੱਲੋਂ ਮੈਂ ਅਸੂ ਦੇ ਵਿੱਚ ਭੇਜੇ ਆ ਭਾਅ ਜੀ ਅਫਤਾਬ ਨੂੰ, ਉੱਥੇ ਜੇਹਲਮ ਭੇਜੇ ਸੀਗੇ ਮਾਸ਼ਾਅੱਲਾ, ਔਰ ਅਲਹਮਦੁਲਿਲਾ ਮੇਰੇ ਕਬੂਤਰ ਸਾਰੇ ਉਹਨਾਂ ਕੋਲ ਸ਼ਾਮ ਸ਼ਾਮ ਨੂੰ ਵਹਿੰਦੇ ਰਹੇ ਆ, ਉਹਨਾਂ ਨੇ ਆਪ ਮੈਨੂੰ ਰਸੀਦਾਂ ਵੀ ਭੇਜੀਆਂ ਵੀ ਦਿੱਤੀਆਂ। ਮੁਬਾਰਕ ਹੋਵੇ ਭਾਅ ਜੀ, ਤੁਸੀਂ ਬਾਜ਼ੀਆਂ ਜਿੱਤੀਆਂ ਜਨਾਬ, ਬਹੁਤ ਬਹੁਤ ਜ਼ਿਆਦਾ ਮੁਬਾਰਕ ਹੋਵੇ ਮਾਸ਼ਾਅੱਲਾ। ਉਹਨਾਂ ਨੂੰ ਸਿਰਫ ਮੈਂ 40 ਕਬੂਤਰ ਭੇਜੇ ਸੀਗੇ, ਮੈਂ ਕਬੂਤਰ ਲਿਆਉਂਦੇ ਸੀਗੇ 90-90 ਕਬੂਤਰਾਂ 'ਚੋਂ 40 ਕੱਢ ਕੇ ਦਿੱਤੇ, ਮੈਂ ਕਿਹਾ ਭਾਅ ਜੀ ਚੰਗੇ ਨਿਕਲਣਗੇ, ਔਰ ਵਾਕਈ ਉਹ ਆਪ ਮੰਨਦੇ ਕਿ ਸ਼ਾਮ ਸ਼ਾਮ ਕਬੂਤਰ ਕੁਛ ਬੈਠੇ ਆ, ਕਿਉਂਕਿ ਮੈਂ ਕਹਿੰਦਾ ਯਾਰ ਤੁਸੀਂ ਦਾਣਾ ਪਾਉਂਦੇ ਨਾ, ਹੁਣ ਦੇਖੋ ਤੁਸੀਂ 300 ਕਬੂਤਰ ਨੂੰ ਦਾਣਾ ਪਾਇਆ ਭਾਅ ਜੀ, 300 ਕਬੂਤਰ ਨੂੰ ਦਾਣਾ ਪਾਇਆ, ਇੱਕ ਮਿਸਾਲ ਆ ਕਰਨ ਵਾਲੀ, 300 ਕਬੂਤਰ ਤੁਸੀਂ 200 ਨਾਲ ਲੈ ਰਿਹਾ, ਇਹ 300-100 ਬਣਿਆ ਜੀ, ਮਤਲਬ ਕਿ 200 ਨਾਲ ਵੀ ਲਾਓ ਤਾਂ 20-60 ਹਜ਼ਾਰ ਦੇ ਲੈ ਲਏ ਜਨਾਬ 300 ਕਬੂਤਰ। ਅਤੇ ਭਾਅ ਜੀ ਉਹਨੇ ਪਹਿਲੇ ਤਾਂ 1 ਲੱਖ ਰੁਪਈਏ ਦਾ ਦਾਣਾ ਖਾਣਾ, ਫਿਰ ਉਹਨਾਂ ਨੇ ਅੱਧਿਆਂ ਵਿੱਚੋਂ ਭੱਜ ਜਾਣਾ, ਵਿੱਚੋਂ ਚੁਣ ਕੇ ਚੰਗੀ ਸ਼ਾਇਦ ਸੁਖਰੀ ਲੈ ਗਈ ਹੁੰਦੀ। ਹੁਣ ਆ ਕਬੂਤਰ ਫੜੇ ਆ, ਮੈਂ ਤੁਹਾਨੂੰ ਸ਼ੌਕ ਕਰਾਉਂਦਾ ਵਾਂ, ਮੈਂ ਹੈ ਨਹੀਂ ਸੀਗਾ ਘਰ, ਠੀਕ ਆ ਜੀ। ਮੇਰੇ ਤੋਂ ਬਾਅਦ ਸਰ ਕੁਛ ਮੇਰੇ ਤੋਂ ਬਾਅਦ ਮੇਰੇ ਘਰ ਭਾਅ ਜੀ ਸੀਗੇ, ਉਹਨਾਂ ਨੇ ਕੋਈ ਕਬੂਤਰ ਫੜੇ ਸਰ, ਇਹ ਦੇਖੋ ਇਹ ਕਬੂਤਰ ਮੈਨੂੰ ਦੱਸਦੇ ਯਾਰ, ਵਿੱਚ ਕਬੂਤਰ ਇੱਕ ਸੀਗਾ ਜਿਹੜਾ ਸਵੇਰੇ ਸਵੇਰੇ ਸਾਜਰੇ ਬੈਠੇ, ਮੈਂ ਆ ਗਿਆ ਹੁਣ ਕਬੂਤਰ ਫੜਿਆ ਹੋਣਾ, ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਕਬੂਤਰ ਸਵੇਰੇ ਸਵੇਰੇ ਬੈਠਾ, ਪੱਕੀ ਗੱਲ ਹੈ ਕਬੂਤਰ ਰਾਤ ਰਿਹਾ ਹੋਣਾ, ਜਿੱਦਾਂ ਦੀ ਇਹਦੀ ਬਣਤਰ ਔਰ ਜਿੱਦਾਂ ਦਾ ਇਹਦਾ ਮਾਸ਼ਾਅੱਲਾ ਬਣਾਵਟ ਬਣੀ ਆ, ਠੀਕ ਆ। ਇਹਦਾ ਹੱਡੀ ਜੋੜ ਮਾਸ਼ਾਅੱਲਾ ਐਡਾ ਹੱਡੀ ਜੋੜ ਆ ਨਾ ਕਿ ਕਮਾਲ ਦਾ ਹੱਡੀ ਜੋੜ ਆ ਸਰ। ਅੱਛੇ ਕਬੂਤਰ ਨੂੰ ਸਰ ਤੁਸੀਂ ਦੂਰੋਂ ਹੀ ਪਤਾ ਕਰ ਲਓਗੇ ਕਿ ਇਹ ਅੱਛਾ ਕਬੂਤਰ ਆ, ਮੈਂ ਸਿਰਫ ਦਿਖਾਉਣਾ ਹੀ ਤੁਹਾਨੂੰ ਕੋਸ਼ਿਸ਼ ਕਰਦਾ ਹੁੰਦਾ ਅੱਛੇ ਕਬੂਤਰ ਦਿਖਾਵਾਂ। ਇਹ ਦੇਖੋ ਪੱਲੇ, ਔਰ ਮੈਨੂੰ ਸ਼ੱਕ ਵੀ ਪੈਂਦੀ ਆ ਕਿ ਇਸ ਕਬੂਤਰ ਦੇ ਵਿੱਚ ਨੀਵੀਂ ਵਾਲਿਆਂ ਦਾ ਪਰ ਮੌਜੂਦ ਹੈ, ਲੇਕਿਨ ਕੋਈ ਕਹਿ ਨਹੀਂ ਸਕਦਾ ਹੈਗਾ ਕਿ ਇਹ ਕਬੂਤਰ ਨੀਵੀਂ ਵਾਲਾ। ਮਾਸ਼ਾਅੱਲਾ ਚੈੱਕ ਕਰੋ ਜ਼ਰਾ, ਦੇਖੋ ਪੱਲੇ, ਇਹ ਹੀ ਕੁਆਲਿਟੀਆਂ ਹੁੰਦੀਆਂ ਸਾਰੇ। ਜਿਹੜੇ ਦੋਸਤਾਂ ਕੋਲ ਕਬੂਤਰ ਦੇਖੇ ਨਹੀਂ ਪਿੱਪਲਾਂ ਵਾਲਿਆਂ ਦੇ ਜਾਂ ਉਹ ਚਿਨਿਓੜ ਦੇ ਉਸਤਾਦ ਸਾਹਿਬ ਬਾਜ਼ੀਆਂ ਜਿੱਤੇ ਆ ਮਾਸ਼ਾਅੱਲਾ ਜਨਾਬ, ਉਹਨਾਂ ਦੇ ਇੱਦਾਂ ਦੇ ਸਾਦੇ ਕਬੂਤਰ ਸੀਗਾ ਜਿਹੜੇ ਜਿੱਤੇ ਆ। ਇਹ ਚੈੱਕ ਕਰੋ ਜ਼ਰਾ, ਇਹ ਨਾਖਣ ਕਾਲੇ ਨਾਖਣ ਔਰ ਪੈਰਾਂ ਦੇ ਉੱਤੇ ਪਮੋਜ਼। ਆਪਾਂ ਇਹਨਾਂ ਕਬੂਤਰ ਨੂੰ ਕੋਸ਼ਿਸ਼ ਕਰਨੀ, ਅਗਰ ਕੋਈ ਮੇਰਾ ਦੋਸਤ ਲੈ ਲਵੇ ਉਹਨੂੰ ਮੈਂ ਦੇ ਦੂੰਗਾ, ਵਰਨਾ ਰੱਜ ਕੇ ਦਾਣਾ ਖਾਧਾ ਮੈਂ ਇਹਨਾਂ ਕਬੂਤਰਾਂ ਨੂੰ ਕੀ ਕਰਨਾ ਵਾ, ਮੈਂ ਕਬੂਤਰ ਬੰਨ ਕੇ ਬਾਹਰ ਛੱਡ ਦੇਣੇ ਆਪਾਂ। ਇਹ ਦੇਖੋ ਜੀ ਇਹ ਬੱਚਾ ਵੀ ਉਹਨਾਂ ਨੇ ਫੜਿਆ ਮਾਸ਼ਾਅੱਲਾ, ਇਹ ਚੈੱਕ ਕਰੋ ਜ਼ਰਾ, ਇਹ ਦੇਖੋ ਬੱਚੇ ਦੇ ਪੱਲੇ, ਇਹ ਦੇਖੋ ਲਓ। ਅਸਲ 'ਚ ਅੱਛੇ ਕਬੂਤਰ ਦੀ ਭਾਅ ਜੀ ਪਹਿਚਾਣ ਤੁਹਾਨੂੰ ਦੱਸਿਆ, ਕਬੂਤਰ ਨੂੰ ਹੱਥੇ ਫੜੋ ਤਾਂ ਅੰਦਾਜ਼ਾ ਹੁੰਦਾ ਵੀ ਗੁਲਾਬੀ ਰੰਗ, ਜਿੱਦਾਂ ਕਿਤੇ ਇੱਕੋ ਘਰ ਦੇ ਕਬੂਤਰ ਬੱਚੇ ਆਏ ਆ। ਇਹ ਵੀ ਬੱਚਾ, ਇਹ ਦੋ ਮਚੀਰਾ ਇੱਥੋਂ, ਇਹ ਦੇਖੋ। ਅੱਛਾ ਭਾਅ ਜੀ ਆਪਣੀ ਗੁਫ਼ਤਗੂ ਹੋ ਰਹੀ ਸੀਗੀ, ਹੁਣ ਮੈਂ ਕੱਲ੍ਹ ਨੂੰ ਦੋਸਤਾਂ ਲਈ ਬਰੀਡਰ ਕਬੂਤਰ ਵੀ ਲੈ ਕੇ ਆਉਣੇ ਆ ਔਰ ਉੱਡਣ ਵਾਲੇ ਕਬੂਤਰ ਵੀ ਲਿਆਉਣੇ ਆ, ਔਰ ਇਨਸ਼ਾਅੱਲਾ ਲਿਆਉਣੇ ਸਿਰਫ ਉਹਨਾਂ ਬੰਦਿਆਂ ਕੋਲ ਜਿਹਨਾਂ ਨੇ ਕਬੂਤਰ ਹੈਗੇ ਛੱਡੇ। ਆਹ ਦੇਖੋ ਟੈਲੀਫੋਨ ਨੰਬਰ ਵਾਲੀ ਕੜੀ ਵੀ ਪਈ ਹੋਈ ਆ ਸਰ, ਟੈਲੀਫੋਨ ਨੰਬਰ ਵਾਲੀ ਕੜੀ ਪਈ, ਰੰਗ ਵੀ ਲੱਗਾ, ਔਰ ਇਹ ਬੱਚੇ ਦਾ ਸ਼ੌਕ ਕਰੋ ਸਰ। ਅਤੇ ਇਹ ਦੇਖੋ ਮੈਂ ਕੋਸ਼ਿਸ਼ ਕਰਨੀ ਕਿ ਦੋਸਤਾਂ ਨੂੰ ਹੁਣ ਉਹਨਾਂ ਦਾ ਸ਼ੌਕ ਅੱਛਾ ਬਿਹਤਰ ਕਰਵਾਵਾਂ ਅਤੇ ਮੁਨਾਸਿਬ ਕੀਮਤ 'ਤੇ ਕਰਵਾਵਾਂ। ਅਲਹਮਦੁਲਿਲਾ ਜੀ ਹਜੇ ਤੱਕ ਦੋਸਤ ਆਪਣੇ ਤੋਂ ਬੜੇ ਮੁਤਮਨ ਆ, ਜਿਹੜੇ ਜਿਹੜੇ ਮੇਰੇ ਕੋਲੋਂ ਪਰਿੰਦੇ ਲੈ ਰਹੇ ਮੈਨੂੰ ਨਹੀਂ ਲੋਕਾਂ ਦਾ ਪਤਾ, ਔਰ ਲਾਜ਼ਮੀ ਨਹੀਂ ਪੂਰਾ ਪਾਕਿਸਤਾਨ ਮੇਰੇ ਕੋਲ ਤਾਂ ਨਹੀਂ ਨਾ ਲੈ ਰਿਹਾ ਹੈਗਾ, ਬੜੇ ਬੜੇ ਦੋਸਤਾਂ ਕੋਲ। ਅੱਛਾ ਮੈਂ ਛੱਡ ਵੀ ਸਕਦਾ ਵੇਚਣੇ, ਕੋਈ ਐਸੀ ਗੱਲ ਨਹੀਂ ਹੈਗੀ, ਕੁਛ ਦੋਸਤ ਮੇਰੇ ਤੋਂ ਮੇਰੇ ਬੜੇ ਅੱਛੇ ਵੀਰ ਭਰਾ ਵਾ, ਯੂਟਿਊਬਰ ਵੀ ਆ, ਕੁਛ
मेरिया खिलाफ़ बड़िया गल् करते, लेकिन दोस्तों गल ये आ खुश रहो, अल्लाह तला आबाद रखे तू, ऐसी गल कोई नहीं। अगर तो मेरा ना मेनु कुछ कह तो असं कामयाब होंगे तो जरूर। एक होर बच्चा आ गया जी, ए चेक करो सर, ए लो ए देखो बच्चा, माड़ा बच्चा वा। ऐ हूँ मैं कबूतर मैं रखने नहीं, ए बच्चा जोड़ा वा ए मैं लगता नीवी वाला क्रॉस आ। देखो हल्की जी खट्टी अख मार तीन कबूतर हो गए भाई, तुम दस रज के दाना। लो भाई जान ए भी चेक करो बच्चा, मोढ़िया का रंग लगा आइयो सर, ए देखो छोटा जहा बच्चा ही हो। और ए पले जनाब किन्ने पढ़ता वा जी, हजे चार पाँच पढ़ता। जेडे दोस्त कहते जे श्री सू पठिया पठे चाहिए आ, ए भी फड़िया होया बच्चा, देखो माशाला ए देखो पले दे, ये तुम दावा हो जाएगा माशाला पले देखो। ए लो ए लो, मैं दोस्तों ऑफर स्पैशल दे रहा कि अगर किसी दोस्त को चाहिए मेरे को लिया था, मैं चंगे कबूतर कट के दिखा। ए देखो जी ए जौंसरा खटिया अखा का वा, ए देख लो ए बिल्कुल नवे पुराना, ए भी बहुत अच्छा वा, बिल्कुल नवा लैस हो गया। देखो ए देखो एक खटिया अखा का बच्चा सी, एक जौंसरा, ये भी अकड़ी पई है इधर भी, तो इधर कोई नहीं पई हैगी, तो यदा भी हड्डी जोड़ पहले जौंसरे वर्गा माशाला। ए लो ए भी फड़िया। लो भाई जान आंदे कबूतर का खड़ाक देखो सर, ए चीना कबूतर, ए देखो जी कबूतर चीना, इदा के चीने मैंने बड़े काम करते होंगे सर। ये पले देखे ए देखो जी पर अलमद भी चेक कर लो, तो पर भी चेक कर लो। एलो कबूतर नंबर छे हड्डी जोड़ बिल्कुल जिते हड्डी खत्म होती उत्थे, ए चेक कर लो हूँ ए फड़े हुए कबूतर आ जी, ये जाके लगन ना लगन देख लो दोस्तों, अगर किसी की पसंद आए तो आप दे। लो भाई जान ए चेक करो जरा, ए पट्ठी टैडी क्रॉस की गोल की हुई, सही है जी, देख लो थोड़े तो सामने कबूतर वीर है इंशाला जी। आप कबूतर ए देखो आ गोल किते किसी तक पट्ठी फड़ी बैठी आ गए, आ सर्दियों भी लोगों ने गोल करके तुम पता लाए होंगे आ, टेलीफोन नंबर वाली कड़ी नहीं गई लेकिन वैसे ही पड़ी आ, ए भी हो गई जी। देखो भाई जान कबूतर नंबर अठ जौंसरा, हूँ इदा के कबूतर आ फड़े हूँ मैं, देखो मेरे को गंदबला भी बथेरा जाल के हों गंदबला फड़िया जोड़ा होंगे हूँ, ए चंगे कबूतर चो क्ढे चुने आ। देखो जी ए लो भाई इदा के कबूतर फिर दोस्तों देने नाल अलहमदुल्ला कोई फर्क तो नहीं पैंदा, ए कबूतर बंदा लै लवे तो इन तो जेडे कामयाब होन अल्लाह खैर करे इंशाला उन्होंने उड़ावे। ए देखो माशाला इंशाला तुहाडे भरा ने कल परिंदे लैके आने, वीडियो लाजमी देखियो जिन्होंने शौक ना 2024 उन्होंने वीडियोज़ बेहतरीन होनगियां, क्योंकि वह बंदे जेडे खुडे खत्म करन दे तो हमेशा चंगी शा उतों ही लभदी होंगी, जिहड़ा बंदा कबूतर खत्म करता वा। तो दो तीन दोस्तों ने सैटअप छड़ने और नामीनेट छत्तां ने सैटअप छड़ने वो सर जा रहे कि कबूतर नंबर हो गया जी 3, 6, 7, 8 कबूतर हो गए भाजी, ए चेक करो जरा तुम शौक करो, 8 कबूतर की चिड़ी मारी हुई है जी, 8 कबूतर फड़े आंदे ही नवा खड़ाक 8 कबूतर का, ए जरा शौक करो सर, ए 8 कबूतर है जी फड़े जहाँ की चिड़ी मारी हुई है, ठीक है जी, ए देख लो माशाला। हाँ ये 8 के 8 अगर किसी दोस्त के पसंद हो ना तो मैं 8 के 8 उन्होंने देना गा, ए शौक कर लो, ए भी लै लियो मेरे को कबूतर। अगली गल ये दोस्तों दस रहा है कि आ सैटअप का कोई निज़ाम बेहतर करना यार, पता की आ हूँ चिड़ी मारी वाले सिस्टम भी हो गए, देखो कोई भी नहीं छड़ता, असी जरा खप खुप आ के शुगर मेला दोस्तों ना लाईदा वा कि मेरे दोस्त भरा खुश होन इंजॉय करन, जेडे कुछ प्रदेश बैठे ने वीर मेरे, कुछ पाकिस्तान च ने, कुछ कबूतर का शौक बहुत रखते लेकिन कबूतर रख नहीं सकते है, उन्होंने मैं इंजॉयमेंट करता हूँ, सिर्फ इंजॉयमेंट मेरा मकसद वीडियोज़ का होंगे कि दोस्त मेरे इंजॉय करन, ना कि यह होंगे कि मैं किसी की दिल आजारी करा। हाँ अलबत्त अगर मेरे को किसी की दिल आजारी हुई हो मैं वो सर हाथ बन के उन्होंने माफ़ी मांगता माजरा चाहना, मेरा मकसद सिर्फ हैगा इंटरटेन करना कि मेरे भरा खुश होन कबूतरबाजी को इंजॉय करन, ठीक है जी, मेरी सिर्फ इन्नी क कोशिश आ, होर मेरा कोई किसी का मकसद नहीं। हूँ ए मैं लॉफ्ट जोड़े वगैरह वा ए मैं हूँ इंशाला कोशिश करदा, कल मैं परिंदे लियावा फिर मैं इन्हों तोड़न भरन की कोशिश करदा वा, ए सारा खत्म करिए, इतने लाइटा लाइए, इतने सारा आप सफाई सुथराई करिए, भी तोड़ गए तो अपने परवाजी कबूतर बनाने की इंतजाम करिए परवाजी कबूतर। ए देखो जाल बिल्कुल खाली वरान पे आ, खुडे सारे खाली पे आ, ठीक है जी, ए कबूतर आप कढ़ देने आ, बाकी इंशाला इतने लाइट ला के छड़ दें, हूँ ही कबूतर गुजाने शुरू कर दें ताकि साडा जे 2024 कबूतर गोल करके अपना इंतजाम मुकम्मल कर लिए, ठीक है जी दोस्तों। इन्नी जी काविश है कल इंशाला कोशिश करनी कि बेहतर तो बेहतर परिंदे दोस्तों दो ने या तिना ने सैटअप छड़ने, दो तिना को परिंदे चुक रहे होने इंशाला मेरे अल्लाह ने चाहे, फिर इंशाला जो मेरे भरा किसी ने पसंद आए दे देंगे, ना पसंद आए तो कोई गल नहीं, अपने को पे है ना। दुआवा जी याद रखना और पिजन कॉर्नर चैनल सब्सक्राइब करना, अल्लाह हाफिज़, जज़ाकअल्लाह, बहुत शुक्रिया।